ਇੱਧਰ ਤੁਸੀਂ ਕੈਮਰਾ ਦੇਖਣਾ ਬਸ ਠੀਕ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਖ ਮੋਟਰਸਾਈਕਲ ਕਲੱਬ ਡੀਸੀ ਕੈਨੇਡਾ ਤੋਂ ਮੋਟਰਸਾਈਕਲ ਰਾਈਡ ਲੈ ਕੇ ਅੱਜ ਸਿੱਖੀ ਦਾ ਜੋ ਮੁੱਢ ਹੈ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਉੱਥੇ ਪਹੁੰਚੇ ਹਾਂ ਜੀ। ਸਾਡਾ ਇਹ ਟੂਰ ਜਿਹੜਾ ਸੀਗਾ ਲਗਭਗ 45 ਦਿਨ ਦਾ ਪਲੈਨ ਕੀਤਾ ਹੋਇਆ ਜੀ, ਜਿਹਦੇ ਵਿੱਚ ਅਸੀਂ ਕੈਨੇਡਾ ਅਮੈਰੀਕਾ 'ਤੇ ਰਾਈਡ ਕਰਨ ਤੋਂ ਬਾਅਦ ਵਿੱਚ ਇੰਗਲੈਂਡ ਦੀ ਧਰਤੀ 'ਤੇ ਪਹੁੰਚੇ ਸੀ। ਉਸ ਤੋਂ ਬਾਅਦ ਅਸੀਂ ਲਗਭਗ ਯੂਰਪ ਦੇ ਵਿੱਚੋਂ ਹੁੰਦੇ ਹੋਏ ਅਤੇ ਫਿਰ ਮਿਡਲ ਈਸਟ ਦੇ ਟਰਕੀ ਇਰਾਨ ਅਤੇ ਹੁਣ ਪਾਕਿਸਤਾਨ ਵਿੱਚ ਪਹੁੰਚੇ ਹਾਂ। ਇਹ ਸਾਡੀ 21ਵੀਂ ਕੰਟਰੀ ਹੈ ਜੀ, ਇਸ ਤੋਂ ਪਹਿਲਾਂ ਅਸੀਂ 20 ਕੰਟਰੀਆਂ ਦੇ ਵਿੱਚ ਰਾਈਡ ਕਰਕੇ ਆਏ ਹਾਂ। ਰਾਈਡ ਕਰਨ ਦਾ ਸਾਡਾ ਮੁੱਖ ਮਕਸਦ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਿਹੜਾ ਪ੍ਰਕਾਸ਼ ਦਿਹਾੜਾ ਇਸ ਸਾਲ ਆ ਰਿਹਾ ਹੈਗਾ ਜੀ, ਨਨਕਾਣਾ ਸਾਹਿਬ ਦੀ ਧਰਤੀ ਉੱਤੇ ਬਹੁਤ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ, ਅਸੀਂ ਉਸ ਨੂੰ ਸਮਰਪਿਤ ਆਪਣੀ ਰਾਈਡ ਰੱਖੀ ਹੈ ਜਿਹਦੇ ਵਿੱਚ ਅਸੀਂ ਜੋ ਅਮਨ ਸ਼ਾਂਤੀ ਦਾ ਪੈਗਾਮ ਲੈ ਕੇ ਚੱਲੇ ਹਾਂ। ਗੁਰੂ ਨਾਨਕ ਸਾਹਿਬ ਦਾ ਜੋ ਸਿਧਾਂਤ ਹੈ, ਜੋ ਸਿੱਖ ਧਰਮ ਦੇ ਮੁੱਖ 3 ਪਿਲਰਸ ਨੇ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਉਹ ਮੈਸੇਜ ਲੈ ਕੇ ਦੁਨੀਆਂ ਵਿੱਚ ਜਾ ਰਹੇ ਹਾਂ। ਅਤੇ ਇਸ ਰਾਈਡ ਦੇ ਦੌਰਾਨ ਅਸੀਂ ਜੋ ਸਿੱਖਾਂ ਦੀ ਇੱਕ ਬਹੁਤ ਹੀ ਸਿਰ ਕੱਢਵੀਂ ਸੇਵਾ ਸੁਸਾਇਟੀ ਹੈ ਜਿਸਦਾ ਨਾਮ ਹੈ ਖਾਲਸਾ ਏਡ, ਜਿਸ ਦੇ ਨਾਮ ਤੋਂ ਸਾਰੇ ਹੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ, ਬਹੁਤ ਸਾਰੀਆਂ ਸੰਸਥਾਵਾਂ ਸਿੱਖ ਧਰਮ ਦੇ ਵਿੱਚ ਜੋ ਸਮਾਜ ਸੇਵਾ ਵਿੱਚ ਲੱਗੀਆਂ ਹੋਈਆਂ ਨੇ, ਪਰ ਉਹਨਾਂ ਵਿੱਚੋਂ ਖਾਲਸਾ ਏਡ ਇੱਕ ਇਹੋ ਜਿਹੀ ਸੰਸਥਾ ਹੈ ਜਿਹੜੀ ਬਿਨਾਂ ਕਿਸੇ ਧਰਮ ਤੋਂ, ਜਾਤ ਤੋਂ, ਰੰਗ ਨਸਲ ਨੂੰ ਵੇਖਣ ਤੋਂ ਬਿਨਾਂ ਮਨੁੱਖਤਾ ਦੀ ਸੇਵਾ ਵਿੱਚ ਜੁਟੀ ਹੋਈ ਹੈ। ਉਸ ਜਗ੍ਹਾ ਉੱਤੇ ਜਾ ਕੇ ਉਹ ਆਪਣੀ ਸੇਵਾ ਨਿਭਾਉਂਦੇ ਨੇ, ਹਿਊਮੈਨਿਟੇਰੀਅਨ ਦੇ ਕਾਰਜ ਕਰਦੇ ਨੇ ਜਿੱਥੇ ਹੋਰ ਕੋਈ ਵੀ ਸੰਸਥਾ ਪਹੁੰਚਣ ਦਾ ਜਿਗਰਾ ਨਹੀਂ ਰੱਖਦੀ। ਸੋ ਅਸੀਂ ਖਾਲਸਾ ਏਡ ਦਾ ਮੈਸੇਜ ਸਿੱਖ ਧਰਮ ਵਿੱਚ ਜੋ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੇ ਉਹ ਸੁਨੇਹਾ ਲੈ ਕੇ ਦੁਨੀਆਂ ਦੇ ਵਿੱਚ ਸੰਸਾਰ ਯਾਤਰਾ 'ਤੇ ਨਿਕਲੇ ਹੋਏ ਹਾਂ। 20 ਮੁਲਕ ਕਵਰ ਕਰਕੇ ਅੱਜ ਸਾਡੇ ਅਸੀਂ ਬੜੇ ਵੱਡੇ ਭਾਗ ਸਮਝਦੇ ਹਾਂ, ਜੋ ਕਿ ਹਰ ਇੱਕ ਦੁਨੀਆਂ ਵਿੱਚ ਵਸਣ ਵਾਲੇ ਸਿੱਖ ਦਾ ਸੁਪਨਾ ਹੁੰਦਾ ਹੈ ਨਨਕਾਣਾ ਸਾਹਿਬ ਦੀ ਧਰਤੀ ਉੱਤੇ ਜਾ ਕੇ ਨਤਮਸਤਕ ਹੋਣਾ। ਅਸੀਂ ਕੱਲ੍ਹ ਰਾਤ ਇੱਥੇ ਪਹੁੰਚੇ, ਪੂਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਇੱਥੋਂ ਦੇ ਜੋ ਵੀ ਮੋਤਬਰ ਸੱਜਣ ਸਾਡੇ ਵੀਰ, ਜੋ ਕਿ ਸਾਨੂੰ ਬਹੁਤ ਚਿਰ ਤੋਂ, ਜੋ ਸਾਡਾ ਫੇਸਬੁੱਕ ਉੱਪਰ ਫੈਨ ਪੇਜ ਹੈ ਸਿੱਖ ਮੋਟਰਸਾਈਕਲ ਕਲੱਬ BC ਕੈਨੇਡਾ, ਉਸ 'ਤੇ ਮੈਸੇਜ ਭੇਜ ਰਹੇ ਨੇ ਕਦੋਂ ਨਨਕਾਣਾ ਸਾਹਿਬ ਪਹੁੰਚ ਰਹੇ ਹੋ। ਉਹ ਸਾਡਾ ਇੰਤਜ਼ਾਰ ਕਰ ਰਹੇ ਸੀ, ਉਹਨਾਂ ਨੇ ਬਹੁਤ ਵਧੀਆ ਪਿਆਰ ਸਾਨੂੰ ਰਾਤੀਂ ਬਖਸ਼ਿਆ। ਪਾਕਿਸਤਾਨ ਦੀ ਧਰਤੀ ਉੱਤੇ ਆ ਕੇ ਕੀ ਫੀਲ ਹੋਇਆ ਜੋ ਤੁਸੀਂ ਪੁੱਛ ਰਹੇ ਸੀ, ਅਸੀਂ ਸਾਰੇ ਮੁਲਕਾਂ ਵਿੱਚ ਗਏ ਹਾਂ, ਸਾਰੇ ਮੁਲਕਾਂ ਵਿੱਚ ਸਾਨੂੰ ਬਹੁਤ ਪਿਆਰ ਮਿਲਿਆ ਸਿੱਖ ਕਮਿਊਨਿਟੀ ਵੱਲੋਂ ਵੀ ਅਤੇ ਬਾਕੀ ਹਰ ਇੱਕ ਪਾਸਿਓਂ। ਤੁਰਕੀ ਵਿੱਚ ਅਸੀਂ ਗਏ ਹਾਂ, ਉੱਥੇ ਸਾਨੂੰ ਕੋਈ ਵੀ ਸਾਡਾ ਸਿੱਖ ਭਰਾ ਨਹੀਂ ਮਿਲਿਆ, ਪਰ ਜਿਹੜਾ ਵੀ ਸੱਜਣ ਮਿਲਿਆ ਜੀ, ਉਹਨਾਂ ਨੇ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ, ਇੰਨਾ ਸਤਿਕਾਰ ਦਿੱਤਾ, ਅਸੀਂ ਉਹ ਬਿਆਨ ਨਹੀਂ ਕਰ ਸਕਦੇ। ਪਰ ਜਿਸ ਦਿਨ ਤੋਂ ਅਸੀਂ ਪਾਕਿਸਤਾਨ ਦੀ ਧਰਤੀ 'ਤੇ ਦਾਖਲ ਹੋ ਗਏ ਹਾਂ, ਤਫਤਾਨ ਬਾਰਡਰ ਤੋਂ ਅਸੀਂ ਈਰਾਨ ਵਾਲੇ ਪਾਸਿਓਂ ਦਾਖਲ ਹੋਏ ਸੀ, ਅਤੇ ਜੋ ਸਾਨੂੰ ਉੱਥੇ ਤਜ਼ਰਬਾ ਹੋਇਆ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਟਰਾਈ ਕਰ ਸਕਦਾ ਜੀ ਕਿ ਕਿਵੇਂ ਉਹਨਾਂ ਨੇ ਸਾਡਾ ਸਤਿਕਾਰ ਕੀਤਾ। ਉਹ ਕਹਿ ਰਹੇ ਸਾਡੇ ਮਹਿਮਾਨ ਹੋ, ਤੁਹਾਨੂੰ ਇਸ ਧਰਤੀ ਉੱਤੇ ਜੀਆਂ ਨੇ, ਅਤੇ ਸਾਨੂੰ ਪੰਜਾਬੀ ਬੋਲੀ ਆਪਣੀ ਜਦੋਂ ਸੁਣਨ ਨੂੰ ਮਿਲੀ, ਸਾਨੂੰ ਇੰਝ ਫੀਲ ਹੋਇਆ ਜੇ ਅਸੀਂ ਆਪਣੇ ਘਰ ਵਿੱਚ ਆ ਗਏ। ਮੈਂ ਇੰਨੇ ਸ਼ਬਦਾਂ ਵਿੱਚ ਬਿਆਨ ਕਰ ਸਕਦਾ। ਸੋ ਆਪ ਸਭ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਜੀ, ਸ਼ੁਕਰੀਆ, ਮਿਹਰਬਾਨੀ, ਤੁਸੀਂ ਇੱਥੇ ਆਏ, ਸਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ, ਸ਼ੁਕਰੀਆ। ਸਰਦਾਰ ਸਾਹਿਬ ਇੱਕ ਮਿੰਟ ਰੱਖਣਾ, ਸਰਦਾਰ ਸਾਹਿਬ ਤੁਸੀਂ ਦੁਨੀਆਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਪਾਕਿਸਤਾਨ ਦੇ ਬਾਰੇ, ਪਾਕਿਸਤਾਨ ਦਾ ਕੀ ਚਿਹਰਾ ਦਿਖਾਉਣਾ ਚਾਹੁੰਦੇ ਹੋ ਕਿ ਤੁਸੀਂ ਪਾਕਿਸਤਾਨ 'ਚ ਆਏ ਹੋ, ਪਾਕਿਸਤਾਨ ਨੂੰ ਤੁਸੀਂ ਕੈਸਾ ਪਾਇਆ? ਮੈਂ ਉਹੀ ਗੱਲ ਪਹਿਲਾਂ ਬਿਆਨ ਕਰਕੇ ਹਟਿਆ ਜੀ ਕਿ ਅਸੀਂ ਦੁਨੀਆਂ ਦੇ ਵੱਖਰੇ ਵੱਖਰੇ ਮੁਲਕਾਂ ਵਿੱਚ ਗਏ ਹਾਂ, ਬਹੁਤ ਸਾਰੇ ਤਜਰਬੇ ਸਾਨੂੰ ਵੇਖਣ ਨੂੰ ਮਿਲੇ, ਬਹੁਤ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਮਿਲੇ ਹਾਂ ਜੀ, ਸਾਰਿਆਂ ਵੱਲੋਂ ਹੀ ਸਾਨੂੰ ਪਿਆਰ ਮਿਲਿਆ। ਪਾਕਿਸਤਾਨ ਮੈਂ ਪਹਿਲੀ ਵਾਰੀ ਆਇਆ ਜੀ, ਮੇਰੇ ਨਾਲ ਜੋ ਸਾਡੇ 6 ਹੋਰ ਸਾਥੀ ਆਏ ਨੇ, ਜਿਨ੍ਹਾਂ ਦੇ ਵਿੱਚ ਪ੍ਰਭਜੀਤ ਸਿੰਘ ਅਤੇ ਮਨਦੀਪ ਸਿੰਘ ਧਾਲੀਵਾਲ, ਸੁਖਵੀਰ ਸਿੰਘ ਜੀ, ਜਸਮੀਤਪਾਲ ਸਿੰਘ ਅਤੇ ਆਜ਼ਾਦ ਸਿੰਘ ਸਿੱਧੂ, ਅਤੇ ਮੇਰਾ ਨਾਮ ਹੈ ਜੀ ਜਤਿੰਦਰ ਸਿੰਘ। ਅਸੀਂ ਸਾਰੇ ਹੀ ਜਦੋਂ ਪਾਕਿਸਤਾਨ ਦੀ ਧਰਤੀ ਉੱਤੇ ਪਹੁੰਚੇ ਹਾਂ ਅਤੇ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ। ਬਾਹਰੋਂ ਜਦੋਂ ਅਸੀਂ ਪਲੈਨ ਕਰਦੇ ਹਾਂ, ਕਿਉਂਕਿ ਵੱਡੀ ਰਾਈਡ ਸੀ, ਲਗਭਗ 10,000 ਕਿਲੋਮੀਟਰ ਦਾ ਪੈਂਡਾ ਸੀ, ਅਤੇ ਇਸ ਵਿੱਚ ਅਸੀਂ ਟੋਟਲ 22 ਮੁਲਕ ਹੁਣ ਤੈਅ ਕਰ ਰਹੇ ਹਾਂ ਜੀ। ਅਤੇ ਜਦੋਂ ਅਸੀਂ ਪਲੈਨ ਕਰ ਰਹੇ ਸੀ, ਲਗਭਗ 1 ਸਾਲ ਤੋਂ ਉੱਪਰ ਸਾਨੂੰ ਪਲੈਨ ਕਰਦੇ ਹੋਏ ਰਾਈਡ ਹੋ ਗਿਆ ਸੀ, ਅਤੇ ਸੁਣ ਰਹੇ ਸੀ ਕਿ ਕਿਵੇਂ ਕਿਵੇਂ ਕਿਸ ਮੁਲਕ ਵਿੱਚ ਕਿਵੇਂ ਦੇ ਹਾਲਾਤ ਵੇਖਣ ਨੂੰ ਮਿਲਣਗੇ, ਕਿਵੇਂ ਦੀਆਂ ਵੈਦਰ ਕੰਡੀਸ਼ਨਸ ਨੇ, ਕਿਵੇਂ ਦੀਆਂ ਡਰਾਈਵਿੰਗ ਕੰਡੀਸ਼ਨਸ ਨੇ, ਜਾਂ ਹਾਲਾਤ ਅੱਜ ਕੱਲ੍ਹ ਦੁਨੀਆਂ ਵਿੱਚ ਜਿਵੇਂ ਚੱਲ ਰਹੇ ਨੇ, ਬਹੁਤ ਕੁਝ ਸੁਣਨ ਨੂੰ ਮਿਲਿਆ, ਪੜ੍ਹਨ ਨੂੰ ਬਲੌਗਸ ਤੋਂ ਮਿਲਿਆ। ਪਰ ਜਿਵੇਂ ਜਿਵੇਂ ਅਸੀਂ ਆਉਂਦੇ ਗਏ ਹਾਂ, ਸ਼ਾਇਦ ਸਾਨੂੰ ਵੱਖਰੇ ਤਜਰਬੇ ਹੋਏ ਨੇ, ਕਈ ਗੱਲਾਂ ਗਲਤ ਵੀ ਸਾਬਤ ਹੋਈਆਂ,
ਪਾਕਿਸਤਾਨ ਬਾਰੇ ਜਦੋਂ ਅਸੀਂ ਬਲੋਚਿਸਤਾਨ ਤੋਂ ਐਂਟਰ ਕੀਤੇ ਹਾਂ ਮੈਨੂੰ ਦੱਸਣ ਵਿੱਚ ਕੋਈ ਵੀ ਇਸ ਵਿੱਚ ਹਿਚਕਾਟ ਨਹੀਂ ਕਿ ਬਹੁਤ ਕੁਝ ਤੁਸੀਂ ਆਨਲਾਈਨ ਵੇਖਦੇ ਹੋ ਮੀਡੀਆ ਵਿੱਚ ਵੇਖਦੇ ਹੋ ਕਿ ਜੀ ਬਹੁਤ ਜ਼ਿਆਦਾ ਖਤਰਾ ਹੈ ਔਰ ਪਿੰਡਾਂ ਤੈਅ ਕਰਨ ਨੂੰ ਯਕੀਨਨ ਅਸੀਂ ਵੀ ਪਰਿਵਾਰਾਂ ਵਾਲੇ ਹਾਂ ਬੱਚੇ ਸਾਡੇ ਪਿੱਛੇ ਵੇਟ ਕਰ ਰਹੇ ਨੇ ਡੇਢ ਮਹੀਨੇ ਬਾਅਦ ਦੋ ਮਹੀਨੇ ਬਾਅਦ ਜਾ ਕੇ ਮਿਲਾਂਗੇ ਉਹਨਾਂ ਨੂੰ ਸਾਡੇ ਦੋਸਤ ਮਿੱਤਰ ਨੇ ਅਸੀਂ ਕੇਵਲ 6 ਮੈਂਬਰ ਇੱਥੇ ਪਹੁੰਚੇ ਹਾਂ ਪਰ ਸਾਡੇ ਸਿੱਖ ਮੋਟਰਸਾਈਕਲ ਬੀਸੀ ਕੈਨੇਡਾ ਦੇ ਵਿੱਚ 100 ਤੋਂ ਉੱਪਰ ਸਾਡੇ ਮੈਂਬਰ ਨੇ ਸਾਡੇ ਹੋਰ ਵੀ ਸਿੱਖ ਮੋਟਰਸਾਈਕਲ ਕਲੱਬ ਅੰਟੈਰੀਓ ਵਿੱਚ ਬਣੇ ਹੋਏ ਨੇ ਅਲਬਰਟਾ ਵਿੱਚ ਬਣੇ ਨੇ ਸਸਕੈਚੁਨ ਵਿੱਚ ਬਣੇ ਨੇ ਸਾਨੂੰ ਬੜੀ ਇਸ ਗੱਲ ਨੂੰ ਕਹਿੰਦਿਆਂ ਖੁਸ਼ੀ ਹੋ ਰਹੀ ਹੈ ਜੀ ਗੁਰੂ ਨਾਨਕ ਸਾਹਿਬ ਨੇ ਜੋ ਸਿੱਖੀ ਦਾ ਬੂਟਾ ਲਾਇਆ ਸੀ ਹੁਣ ਉਹ ਸਾਰੇ ਮੁਲਕਾਂ ਵਿੱਚ ਵੱਧ ਫੈਲ ਰਿਹਾ ਜੀ ਉਹ ਆਪਣੀਆਂ ਮਹਿਕਾਂ ਵੰਡ ਰਿਹਾ ਕੈਨੇਡਾ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਸਾਨੂੰ ਆਪਣੇ ਸਾਰੇ ਧਾਰਮਿਕ ਅਕੀਦੇ ਬੜੀ ਚੰਗੀ ਤਰ੍ਹਾਂ ਪਾਕਿਸਤਾਨ ਦੀ ਤਰ੍ਹਾਂ ਹੀ ਸਾਨੂੰ ਮਾਨਣ ਦਾ ਪੂਰਾ ਹੱਕ ਹੈ ਪਾਕਿਸਤਾਨ ਸਰਕਾਰ ਜਿਵੇਂ ਇਹ 550 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ ਸਿੱਖ ਕੌਮ ਲਈ ਬਹੁਤ ਵਧੀਆ ਕਾਰਜ ਕਰ ਰਹੀ ਹੈ ਇਸੇ ਤਰ੍ਹਾਂ ਕੈਨੇਡਾ ਵਿੱਚ ਵੀ ਸਾਨੂੰ ਬਹੁਤ ਸਤਿਕਾਰ ਮਿਲਦਾ ਹੈ ਜੀ ਅਸੀਂ ਦਸਤਾਰਾਂ ਬੰਨ ਕੇ ਇਸੇ ਤਰ੍ਹਾਂ ਉੱਥੇ ਰਾਈਡ ਕਰਦੇ ਹਾਂ ਸੋ ਪਿੱਛੇ ਸਾਡੇ ਦੋਸਤ ਮਿੱਤਰ ਨੇ ਉਹ ਵੀ ਦੁਆਵਾਂ ਕਰ ਰਹੇ ਨੇ ਕਿ ਅਸੀਂ ਵਾਪਸ ਆਈਏ ਸੋ ਇਸੇ ਤਰ੍ਹਾਂ ਜਦੋਂ ਪਲੈਨ ਕਰ ਰਹੇ ਸੀ ਤੇ ਇੱਕ ਪਾਰਟ ਗਿਣਿਆ ਜਾਂਦਾ ਸੀ ਕਿ ਬਲੋਚਿਸਤਾਨ ਵਿੱਚ ਸ਼ਾਇਦ ਖਤਰਾ ਹੋਵੇਗਾ ਅਸੀਂ ਕੰਸਰਨਡ ਸੀ ਪਰ ਮੈਂ ਮੇਰੇ ਸਾਥੀ ਤੁਸੀਂ ਇਹਨਾਂ ਦੇ ਚਿਹਰਿਆਂ ਤੋਂ ਇਹ ਗੱਲ ਪੜ੍ਹ ਸਕਦੇ ਹੋ ਜੀ ਕਿ ਅਸੀਂ ਬਲੋਚਿਸਤਾਨ ਦੇ ਵਿੱਚੋਂ ਰਾਈਡ ਕਰਕੇ ਆਏ ਹਾਂ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੀ ਆਈ ਜਿਸ ਦਿਨ ਅਸੀਂ ਤਫਤਾਨ ਬਾਰਡਰ ਵਿੱਚ ਆ ਕੇ ਅਜੇ ਐਂਟਰੀ ਕੀਤੇ ਹਾਂ ਕਸਟਮ ਵਿੱਚ ਜਾ ਕੇ ਅਸੀਂ ਐਂਟਰੀਜ਼ ਕਰਵਾਉਣੀਆਂ ਸੀ ਤੇ ਅਸੀਂ 6 ਜਣੇ ਅਜੇ ਫਾਰਮ ਫਿਲ ਕਰ ਰਹੇ ਹਾਂ ਤੇ ਉੱਥੇ 2 ਬੱਸਿਸ ਆ ਗਈਆਂ ਉਹਨਾਂ ਨੇ ਆ ਕੇ ਲੰਬੀ ਲਾਈਨ ਬਣਾ ਲਈ ਅਸੀਂ ਕਿਹਾ ਵੀ ਹੁਣ ਸਾਡੇ 2 ਘੰਟੇ ਲੱਗ ਜਾਣਗੇ ਪਰ ਜੋ ਆਫਿਸਰ ਸੀਗੇ ਉਹਨਾਂ ਨੇ ਕਿਹਾ ਕਿ ਸਰਦਾਰਾਂ ਦਾ ਕੰਮ ਪਹਿਲੇ ਹੋਗਾ ਸਾਨੂੰ ਵੱਖਰਾ ਟ੍ਰੀਟ ਕੀਤਾ ਗਿਆ ਜੀ ਜੋ ਲਾਈਨਾਂ ਵਿੱਚ ਲੱਗੇ ਹੋਏ ਲੋਕ ਨੇ ਅਸੀਂ ਥੋੜ੍ਹਾ ਸ਼ਰਮਿੰਦਾ ਮਹਿਸੂਸ ਕਰ ਰਹੇ ਸੀ ਅਸੀਂ ਕਿਹਾ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਕਿ ਸਾਨੂੰ ਮੂਹਰੇ ਲੈ ਕੇ ਜਾ ਰਹੇ ਆ ਕਹਿੰਦੇ ਨਹੀਂ ਜੀ ਨਹੀਂ ਸਰਦਾਰ ਜੀ ਤੁਸੀਂ ਸਾਡੇ ਮਹਿਮਾਨ ਹੋ ਤੁਸੀਂ ਪਹਿਲਾਂ ਜਾਓਗੇ ਸੋ ਬਹੁਤ ਪਿਆਰ ਸਾਨੂੰ ਮਿਲ ਰਿਹਾ ਜੀ ਉੱਥੇ ਸਿਕਿਉਰਿਟੀ ਚੈੱਕਅਪਸ ਬਹੁਤ ਜ਼ਿਆਦਾ ਨੇ ਬਲੋਚਿਸਤਾਨ ਏਰੀਆ ਦੇ ਵਿੱਚ ਪਰ ਜਿੱਥੇ ਵੀ ਅਸੀਂ ਰੁਕੇ ਹਾਂ ਸਾਨੂੰ ਕੋਲਡ ਡਰਿੰਕਸ ਔਫਰ ਕੀਤੀਆਂ ਜਾ ਰਹੀਆਂ ਜੀ ਗਰਮੀ ਦਾ ਮੌਸਮ ਹੈ ਸਾਨੂੰ ਠੰਡਾ ਪਾਣੀ ਪਿਲਾਇਆ ਜਾ ਰਿਹਾ ਅਤੇ ਬਹੁਤ ਜ਼ਿਆਦਾ ਪਿਆਰ ਸਤਿਕਾਰ ਮਿਲ ਰਿਹਾ ਮੈਂ ਸਾਰੀ ਦੁਨੀਆ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਜੋ ਵੀ ਹਾਲਾਤ ਜਾਂ ਕਈ ਵਾਰ ਮੀਡੀਆ ਵਿੱਚੋਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਸਾਨੂੰ ਉਸ ਤੋਂ ਬਿਲਕੁਲ ਹੀ ਆਪੋਜ਼ਿਟ ਜਾਂ ਡਿਫਰੈਂਟ ਐਕਸਪੀਰੀਅੰਸ ਹੋਇਆ ਬਹੁਤ ਚੰਗਾ ਐਕਸਪੀਰੀਅੰਸ ਸੀ ਅਸੀਂ ਬੜੇ ਖੈਰ ਸਲਾਮਤ ਗੁਰੂ ਨਾਨਕ ਸਾਹਿਬ ਦੇ ਦਰ ਤੇ ਪਹੁੰਚੇ ਹਾਂ ਜੀ ਅਤੇ ਇਸੇ ਤਰ੍ਹਾਂ ਅਸੀਂ 2 ਦਿਨ ਇੱਥੇ ਰਹਿਣਾ ਹੈ ਜੀ ਅੱਜ ਅਸੀਂ ਪੰਜਾ ਸਾਹਿਬ ਨੂੰ ਰਵਾਨਾ ਹੋ ਰਹੇ ਹਾਂ ਉੱਥੇ ਨਤਮਸਤਕ ਹੋਵਾਂਗੇ ਉੱਥੇ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਲਾਹੌਰ ਦੀ ਧਰਤੀ ਉੱਪਰ ਜਾਵਾਂਗੇ ਜੀ ਅਤੇ ਉੱਥੇ ਮਹਾਰਾਜ ਰਣਜੀਤ ਸਿੰਘ ਦਾ ਜੋ ਸਥਾਨ ਹੈ ਉਹ ਵੇਖਾਂਗੇ ਗੁਰਦੁਆਰਾ ਡੇਰਾ ਸਾਹਿਬ ਹੈ ਉਸਦੇ ਦਰਸ਼ਨ ਕਰਾਂਗੇ ਅਤੇ 11 ਤਰੀਕ ਹੈ ਜਿਹੜੀ ਸ਼ਨੀਵਾਰ ਦਾ ਦਿਨ ਹੈ ਜੀ ਸ਼ਨਿਚਰਵਾਰ ਉਸ ਦਿਨ ਅਸੀਂ ਵਾਹਗਾ ਕ੍ਰੋਸ ਕਰਕੇ ਅਤੇ ਚੜ੍ਹਦੇ ਪੰਜਾਬ ਵਿੱਚ ਜਾ ਰਹੇ ਹਾਂ ਉੱਥੇ ਵੀ ਬਹੁਤ ਜ਼ਿਆਦਾ ਇੰਤਜ਼ਾਮ ਕੀਤੇ ਗਏ ਨੇ ਸਿੱਖ ਸੰਗਤ ਵੱਲੋਂ ਅਸੀਂ ਜੋ ਵੀ ਤੁਹਾਡੇ ਵਿਊਜ਼ ਵੇਖ ਰਹੇ ਨੇ ਦੱਸ ਰਹੇ ਹਾਂ ਕਿ ਅਸੀਂ 11 ਤਰੀਕ ਨੂੰ ਸੈਚਰਡੇ ਨੂੰ ਸ਼ਨੀਵਾਰ ਸ਼ਨਿਚਰਵਾਰ ਵਾਹਗਾ ਤੋਂ ਕ੍ਰੋਸ ਕਰਕੇ ਚੜ੍ਹਦੇ ਪੰਜਾਬ ਜਾਵਾਂਗੇ ਹਰਿਮੰਦਰ ਸਾਹਿਬ ਸਿੱਖੀ ਦਾ ਧੁਰਾ ਹੈ ਜੀ ਉੱਥੇ ਨਤਮਸਤਕ ਹੋਵਾਂਗੇ ਅਤੇ ਉਸ ਤੋਂ ਅਗਲੇ ਦਿਨ 12 ਤਰੀਕ ਐਤਵਾਰ ਨੂੰ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਖਡੂਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਤੱਕ ਚੇਤਨਾ ਮਾਰਚ ਕੱਢਿਆ ਜਾ ਰਿਹਾ ਜੀ ਉਸੇ ਸ਼ਮੂਲੀਅਤ ਕਰਾਂਗੇ ਅਤੇ ਫਿਰ 22 ਦੇਸ਼ਾਂ ਦਾ ਦੌਰਾ ਕਰਦੇ ਹੋਏ ਅਸੀਂ ਸੁਲਤਾਨਪੁਰ ਲੋਧੀ ਵਿਖੇ ਸਮਾਪਤੀ ਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਕਰਾਂਗੇ ਬਹੁਤ ਜ਼ਿਆਦਾ ਵਾਕਿਆ ਨੇ ਜੀ ਹੁਣ ਤਾਂ ਕਈ ਵਜੇ ਸੋਚਦੇ ਹਾਂ ਪਿੱਛੇ ਨਿਗਾਹ ਮਾਰ ਕੇ ਕਿ 45 ਦਿਨਾਂ ਵਿੱਚ ਮੁਲਕ ਹੀ ਇੰਨੇ ਕੱਢ ਦਿੱਤੇ ਜੀ ਕਿ ਪਾਕਿਸਤਾਨ ਦੇ ਹਵਾਲੇ ਨਾਲ ਸਾਡਾ ਹਾਂਜੀ ਪਾਕਿਸਤਾਨ ਦਾ ਮੈਂ ਜ਼ਿਕਰ ਕਰਕੇ ਹਟਿਆ ਜੀ ਬਾਰਡਰ ਤੇ ਵੜਦੇ ਸਾਰ ਹੀ ਸਾਨੂੰ ਜੋ ਉੱਥੇ ਟ੍ਰੀਟਮੈਂਟ ਮਿਲਿਆ ਜੋ ਸਾਨੂੰ ਉੱਥੇ ਸਤਿਕਾਰ ਮਿਲਿਆ ਜੀ ਕਿ ਸਾਨੂੰ ਆਪਣਾ ਮਹਿਮਾਨ ਆਪਣੇ ਪਰਿਵਾਰ ਦਾ ਇੱਕ ਮੈਂਬਰ ਸਾਰਿਆਂ ਨੇ ਸਮਝਿਆ ਅਤੇ ਬਹੁਤ ਜ਼ਿਆਦਾ ਵਾਕਿਆਤ ਨੇ ਜੀ ਜੇ ਮੈਂ ਸ਼ੇਅਰ ਕਰਨ ਲੱਗ ਪਿਆ ਮੈਂ ਇੱਕ ਮੁਲਕ ਦਾ ਇੱਕ ਵਾਕਿਆ ਵੀ ਸ਼ੇਅਰ ਕੀਤਾ ਨਾ ਜੀ ਤੇ ਮੇਰੇ ਖਿਆਲ ਨਾਲ ਇੱਥੇ ਘੰਟਿਆਂ ਵਜੇ ਟਾਈਮ ਲੱਗ ਜਾਏਗਾ ਟਰਕੀ ਵਿੱਚ ਅਸੀਂ ਆ ਰਹੇ ਸੀ ਜੀ ਟਰਕੀ ਵਿੱਚ ਸਾਨੂੰ ਕੋਈ ਵੀ ਸਿੱਖ ਬਰਾਦਰੀ ਦਾ ਇਨਸਾਨ ਨਹੀਂ ਮਿਲਿਆ ਬਹੁਤ ਘੱਟ ਕਮਿਊਨਿਟੀ ਹੋਵੇਗੀ ਉੱਥੇ ਤੇ ਗੁਰਦੁਆਰਾ ਸਾਹਿਬ ਵੀ ਉੱਥੇ ਨਹੀਂ ਸੀ ਅਸੀਂ ਇੱਕ ਸ਼ਹਿਰ ਵਿੱਚ ਪਹੁੰਚੇ ਰਾਤ ਨੂੰ ਸਟੇਅ ਕਰਨ ਲਈ ਤੇ ਹੋਟਲ ਦਾ ਐਡਰੈਸ ਹੀ ਲੱਭ ਰਿਹਾ ਸੀ ਚੌਂਕ ਦੇ ਵਿੱਚ ਖੜੇ ਹਾਂ ਜੀ ਅਸੀਂ ਸਾਨੂੰ ਉਸ ਸ਼ਹਿਰ ਬਾਰੇ ਕੋਈ ਨੌਲੇਜ ਨਹੀਂ ਪਹਿਲੀ ਵਾਰੀ ਆਏ ਹਾਂ ਤੇ ਸਾਨੂੰ ਹੋਟਲ ਵੀ ਦੂਸਰੇ ਪਾਸੇ ਦਿਸ ਗਿਆ ਕਿ ਉੱਥੇ ਜਾਣਾ ਤੇ ਸਾਨੂੰ ਬਹੁਤ ਜ਼ਿਆਦਾ ਭੀੜ ਇਕੱਤਰ ਹੋ ਗਈ ਜੀ ਆ ਕੇ ਸਾਰੇ ਸਾਡੇ ਨਾਲ ਸੈਲਫੀਆਂ ਕਰ ਰਹੇ ਨੇ ਸਾਨੂੰ ਪੁੱਛ ਰਹੇ ਨੇ ਕਿੱਥੋਂ ਆਏ ਕਿੱਥੇ ਜਾ ਰਹੇ ਹਾਂ ਕਿਉਂਕਿ ਸਾਰੇ ਜੋ ਮੁਲਕਾਂ ਦੇ ਝੰਡੇ ਨੇ ਜੋ ਅਸੀਂ ਜਾ ਕੇ ਆਏ ਹਾਂ ਸਾਡੇ ਬਾਈਕਸ ਦੇ ਉੱਪਰ ਉਹ ਦਿਸਦੇ ਨੇ ਤੇ ਇੱਕ ਤਰ੍ਹਾਂ ਨਾਲ ਕਿਉਰਿਓਸਿਟੀ ਬਣਦੀ ਆ ਸਾਰੇ ਪੁੱਛਣਾ ਚਾਹੁੰਦੇ ਨੇ ਇੱਕ ਬਹੁਤ ਪਿਆਰਾ ਸ਼ਖਸ ਸਾਡੇ ਕੋਲੇ ਆਇਆ ਜੀ ਸਾਡੀ ਲੈਂਗੁਏਜ ਨਹੀਂ ਜਾਣਦਾ ਪੰਜਾਬੀ ਇੰਗਲਿਸ਼ ਵੀ ਨਹੀਂ ਜਾਣਦਾ ਉਰਦੂ ਵੀ ਨਹੀਂ ਜਾਣਦਾ ਉਹਨੇ ਗੂਗਲ ਟਰਾਂਸਲੇਟ ਨਾਲ ਇੱਕ ਮੈਸੇਜ ਇੰਗਲਿਸ਼ ਵਿੱਚ ਸਾਨੂੰ ਕਨਵੇ ਕੀਤਾ ਮੈਂ ਫੋਨ ਤੋਂ ਪੜ੍ਹਿਆ
ਕਿ ਅਸੀਂ ਇੱਥੋਂ ਦੇ ਲੋਕਲ ਮੋਟਰਸਾਈਕਲ ਰਾਈਡਰ ਹਾਂ ਅਤੇ ਤੁਹਾਨੂੰ ਅਸੀਂ ਤੁਹਾਡਾ ਸਤਿਕਾਰ ਕਰਨਾ ਚਾਹੁੰਦੇ ਹਾਂ ਅਤੇ ਸਾਨੂੰ ਮਿਲੋ। ਅਸੀਂ ਕਿਹਾ ਜੀ ਵੀ ਹੋਟਲ ਵਿੱਚ ਜਾ ਰਹੇ ਹਾਂ, ਥੋੜ੍ਹਾ ਰਿਫਰੈਸ਼ ਹੋ ਲਈਏ ਅਤੇ ਫਿਰ ਅਸੀਂ ਤੁਹਾਨੂੰ ਆ ਕੇ ਮਿਲਦੇ ਹਾਂ। ਅਸੀਂ ਹਾਲੇ ਫਰੈਸ਼ ਹੋ ਕੇ ਰੂਮ ਤੋਂ 15 ਮਿੰਟਾਂ ਬਾਅਦ ਥੱਲੇ ਆਏ ਅਤੇ ਥੱਲੇ ਲੋਬੀ ਵਿੱਚ ਖੜੇ ਸੀ, ਸਾਨੂੰ ਨਾਲ ਲੈ ਕੇ ਗਏ। ਉਹਨਾਂ ਨੇ ਸਾਨੂੰ ਚਾਹ ਪਾਣੀ ਪਿਲਾਇਆ, ਹੋਰ ਬਾਈਕਰਸ ਉਹਨਾਂ ਦੇ ਸਾਰੇ ਆ ਗਏ, ਉਹਨਾਂ ਨਾਲ ਬੈਠੇ ਅਤੇ ਕਾਫੀ ਗੱਲਾਂ ਬਾਤਾਂ ਹੋਈਆਂ। ਈਵਨ ਕਿ ਅਸੀਂ ਟਰਾਂਸਲੇਟ ਕਰਕੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸੀ, ਪਰ ਸਾਨੂੰ ਜੋ ਦਿਲ ਨੂੰ ਦਿਲ ਦੀ ਗੱਲ ਹੁੰਦੀ ਆ ਜੀ, ਉਹ ਕਈ ਵਾਰ ਤੁਹਾਨੂੰ ਮੂੰਹ ਚੋਂ ਬੋਲ ਕੇ ਦੱਸਣੀ ਨਹੀਂ ਪੈਂਦੀ। ਪਿਆਰ ਦੀ ਜੋ ਲੈਂਗੁਏਜ ਆ ਨਾ ਜੀ, ਪਿਆਰ ਦੀ ਕੋਈ ਲੈਂਗੁਏਜ ਨਹੀਂ, ਪਿਆਰ ਦਾ ਕੋਈ ਮਜ਼ਹਬ ਨਹੀਂ। ਤੁਸੀਂ ਦੁਨੀਆਂ ਵਿੱਚ ਜਿੱਥੇ ਵੀ ਅਸੀਂ ਗਏ ਹਾਂ, ਸਾਨੂੰ ਉਹ ਪਿਆਰ ਦਿਲ ਤੋਂ ਮਿਲਿਆ ਲੋਕਾਂ ਦੇ, ਅਸੀਂ ਦਿਲ ਨਾਲ ਰਿਸੀਵ ਕੀਤਾ ਜੀ। ਅਤੇ ਬ੍ਰੇਕਫਾਸਟ ਲਈ ਸਾਨੂੰ ਉਹਨੇ ਬਹੁਤ ਕਿਹਾ ਵੀ ਸਵੇਰ ਨੂੰ ਬ੍ਰੇਕਫਾਸਟ ਵੀ ਕਰੋ, ਸਮੇਂ ਦੀ ਛੋਟ ਸੀ, ਅਸੀਂ ਨਹੀਂ ਜਾ ਸਕੇ। ਪਰ ਸੋ ਹੋਰ ਵੀ ਬਹੁਤ ਜ਼ਿਆਦਾ ਵਾਕਿਆ ਜੀ ਅਸੀਂ ਆਪਣੇ ਸ਼ੇਅਰ ਕਰਦੇ ਰਹਿੰਦੇ ਹਾਂ। ਕਿੰਨੀ ਤਰੀਕ ਤੋਂ ਚੱਲੇ ਕੈਨੇਡਾ ਜੀ? ਅਸੀਂ April 3 ਨੂੰ ਕੈਨੇਡਾ ਤੋਂ ਚੱਲੇ ਸੀਗੇ ਜੀ, ਅੱਜ ਸਾਨੂੰ ਗਰੁੱਪ ਬਣਾ ਲਿਆ।